ਜਿਹੜੇ ਦਿਨ ਆ ਜਿਹੜਾ ਜੂਨ ਦਾ ਮਹੀਨੇ ਦਾ ਪਹਿਲਾ ਹਫ਼ਤਾ ਜਿਹੜਾ ਘੱਲੂਘਰ ਆ 1984 'ਚ ਜੋ ਇਹ ਨਸਲਕੁਸ਼ੀ ਕੀਤੀ ਸਾਡੀ ਸਰਕਾਰ ਨੇ, ਜੋ ਜਿੰਨੇ ਸਿੱਖ ਸੰਤਾਂ ਦੀ ਸ਼ਹੀਦੀ ਹੋਈ, ਹੋਰ ਵੀ ਕਿੰਨੇ ਸਿੰਘਾਂ ਦੀ ਹੋਈ, ਅਤੇ ਉਹਨੂੰ ਇਹ ਬੜੀ ਇੱਕ ਯਾਦਗਾਰ ਇੱਦਾਂ ਦੀ ਹੈ ਕਿ ਇਹ ਸਾਡੇ ਧੁੱਖਦੀ ਰਹਿੰਦੀ ਹੈ ਗੱਲਾਂ 40 ਸਾਲ ਹੋ ਗਏ, ਪਰ ਐਂ ਲੱਗਦਾ ਵੀ ਜਿਵੇਂ ਕੱਲ੍ਹ ਦੀ ਗੱਲ ਹੈ। ਅਤੇ ਸੰਗਤ ਦੇ ਮਨ 'ਚ ਇੱਕ ਰੋਹ ਆ ਇਹ ਦਿਨਾਂ ਦੇ ਵਿੱਚ, ਅਤੇ ਅਸੀਂ ਖੜ ਪਾੜ ਦੇ ਭੋਗ ਪਾਏ, ਇੱਕ ਉਹਨਾਂ ਨੂੰ ਨਮਨ ਕੀ ਕਹਿੰਦੇ ਹੁੰਦੇ ਆ ਕਿ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਇਹ ਕਰਦੇ ਹਾਂ ਜੀ। ਅਗਲਾ ਸੰਦੇਸ਼ ਜੀ ਦੱਸਣਗੇ ਪਰਿਵਾਰ ਰਲ ਕੇ ਦੱਸੂਗਾ ਕੀ ਆ। ਬਾਕੀ ਸਾਰੀ ਸੰਗਤ ਦਾ ਧੰਨਵਾਦ ਹੈ ਜੀ, ਲੀਡ ਜਿਹੜੀ ਦਿੱਤੀ ਹੈ ਸਾਰੀ ਸੰਗਤ ਦੇ ਨਾਲ ਹੀ ਹੈ ਜੀ। ਇਹ ਆ ਵੀ ਸਾਡਾ ਸਾਥ ਦਿੱਤਾ, ਉਹਨਾਂ ਨੇ ਸਾਨੂੰ ਮਾਣ ਬਖਸ਼ਿਆ, ਅਤੇ ਅਸੀਂ ਉਹਨਾਂ ਦਾ ਹਮੇਸ਼ਾ ਰਿਣੀ ਰਵਾਂਗੇ ਅਤੇ ਉਹਨਾਂ ਦੇ ਜਿੱਥੇ ਵੀ ਕਿਤੇ ਕੰਮ ਆ ਸਕੇ ਜ਼ਰੂਰ ਆਵਾਂਗੇ ਜੀ। ਅਗਲੀ ਰਣਨੀਤੀ ਕੀ ਰਹੇਗੀ ਭਾਈ ਸਾਹਿਬ? ਰਣਨੀਤੀ ਜੀ ਸਾਰਾ ਪਰਿਵਾਰ ਬੈਠ ਕੇ, ਜਿੰਨੇ ਵੀ ਆਪਣੇ ਸਰਹੱਦ ਆਗੂ ਆ ਜਾਂ ਜਿੰਨੇ ਵੀ ਲੋਕ ਆ ਸਿਆਣੇ, ਉਹਨਾਂ ਨੂੰ ਲੈ ਕੇ ਨਾਲ ਅਸੀਂ ਸਾਰੇ ਅੱਗੇ ਰਣਨੀਤੀ ਬਣਾਵਾਂਗੇ। ਬਾਕੀ ਭਾਈ ਸਾਹਿਬ ਬਾਹਰ ਆਉਣਗੇ, ਉਹ ਹੀ ਦੱਸਣਗੇ ਮੇਨਲੀ, ਜ਼ਿਆਦਾ ਸ਼ਾਇਦ ਆ ਜਾਣਗੇ 10-15 ਦਿਨਾਂ ਦੇ ਵਿੱਚ।